ਅਸਲਾਮੁਅਲੈਕੁਮ ਨਾਜ਼ਰੀਨ, ਅਸੀਂ ਬਾਈ 11 ਚਿਚਾਵਰਨੀ ਦੇ ਅੰਦਰ ਮੌਜੂਦ ਹਾਂ। ਸਾਡੇ ਨਾਲ ਰਾਣਾ ਬਸ਼ੀਰ ਅਹਿਮਦ ਸਾਹਿਬ ਮੌਜੂਦ ਨੇ। ਇੰਡੀਆ ਦੇ ਵਿੱਚੋਂ ਕਿਹੜੇ ਜ਼ਿਲ੍ਹੇ 'ਚੋਂ ਆਏ ਨੇ, ਕਿੱਦਾਂ ਕਿੱਦਾਂ ਆਏ, ਕੀ ਹਿਸਟਰੀ ਸੀ, ਅਸੀਂ ਅੱਜ ਸਾਰਿਆਂ ਕੋਲ ਪੁੱਛਾਂਗੇ। ਅਸਲਾਮੁਅਲੈਕੁਮ ਜੀ। ਹਾਂ, ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਬਾਬਾ ਜੀ, ਤੁਸੀਂ ਇੰਡੀਆ ਦੇ ਵਿੱਚੋਂ ਕਿਹੜੇ ਜ਼ਿਲ੍ਹੇ 'ਚੋਂ ਆਏ ਹੋ? ਅਸੀਂ ਫੈਸਲਾਬਾਦ ਦੇ ਜ਼ਿਲ੍ਹੇ 'ਚ ਆਏ ਹਾਂ। ਇੰਡੀਆ ਦੇ ਵਿੱਚੋਂ ਕਿੱਥੋਂ ਆਏ? ਇੰਡੀਆ ਦੇ ਇੰਡੀਆ ਦੇ ਵਿੱਚੋਂ ਆਏ ਹੈਗੇ, ਜ਼ਿਲ੍ਹਾ ਜਲੰਧਰ, ਤਹਿਸੀਲ ਫਲੌਰ, ਪਿੰਡ ਅਪਰਾ। ਅੱਛਾ, ਪਿੰਡ 'ਚ ਸਿੱਖਾਂ ਦੇ ਘਰ ਵੀ ਹੈਗੇ ਸੀ? ਨਹੀਂ, ਸਾਰੇ ਮੁਸਲਮਾਨ ਹੀ ਸੀ। ਸਭ ਮੁਸਲਮਾਨ ਸੀ। ਤਿੰਨ ਪੱਤੀਆਂ ਮੁਸਲਮਾਨਾਂ ਦੀਆਂ ਸੀ, ਇੱਕ ਪੱਤੀ ਰਾਈਆਂ ਦੀ ਸੀ। ਅੱਛਾ, ਰਾਜਪੂਤ ਦੀ ਮਾਲਕ ਸੀ, ਉਹ ਮਰੂਦ ਸੀ। ਅੱਛਾ, ਤੇ ਦੂਸਰਾ ਤੁਸੀਂ ਕੀ ਕਹਿੰਦੇ, ਉਸ ਪਿੰਡ ਦੇ ਅੰਦਰ ਮਸਜਿਦ ਹੈਗੀ ਸੀ? ਮਸਜਿਦਾਂ ਕਈਆਂ ਮਸਜਿਦਾਂ ਸੀ, ਅਲਾਦਾ ਮਸਜਿਦਾਂ, ਤਿੰਨ ਪੱਤੀਆਂ, ਤਿੰਨਾਂ ਮਸਜਿਦਾਂ ਦੇ ਅਲਾਦਾ ਦਾ। ਕਿੱਡਾ ਕੁ ਵੱਡਾ ਪਿੰਡ ਸੀ? ਤਕਰੀਬਨ ਬਹੁਤ ਵੱਡਾ ਪਿੰਡ ਸੀ। ਅੱਛਾ, ਮਾਸ਼ਾਅੱਲਾ। ਹਾਂ, ਤੇ ਉਹ ਸਕੂਲ ਵੀ ਹੈ ਸੀ ਪਿੰਡ? ਹਾਂ, ਸਕੂਲ 10ਵੀਂ ਦਾ ਸੀ ਉੱਥੇ। ਅੱਛਾ, ਮਾਸ਼ਾਅੱਲਾ, ਬੜਾ ਵੱਡਾ ਸਕੂਲ ਸੀ ਫਿਰ। ਤੇ ਇਹ ਜਦੋਂ ਉਜਾੜੇ ਪਏ ਨੇ, ਕੀ ਸਿਸਟਮ ਹੋਇਆ, ਕਿੱਦਾਂ ਕਿੱਦਾਂ ਹੋਇਆ? ਅਸੀਂ ਉਜਾੜੇ ਪਾਇਆ ਤਾਂ ਮੈਂ ਇੱਥੋਂ ਆਪਣਾ ਪੀਰ ਮਾਲ ਦੇ ਇਲਾਕੇ ਜਾ। ਅੱਛਾ, 27 ਚੱਕ ਹਾਲ 27। ਅੱਛਾ, ਉੱਥੋਂ ਨੱਸ ਕੇ ਮੈਂ ਚਲਾ ਗਿਆ ਪੀਰ ਮਾਲ। ਅੱਛਾ, ਪੀਰ ਮਾਲ ਮੈਂ ਚਲਾ ਗਿਆ ਸ਼ੋਰਕੋਟ। ਅੱਛਾ, ਸ਼ੋਰਕੋਟ ਤੋਂ ਜਨਾਬ 3 ਵਜੇ ਮੈਂ ਗੱਡੀ ਬੈਠਾ ਲਾਹੌਰ ਨੂੰ। ਅੱਛਾ, ਉੱਥੇ ਇੱਕ ਮੁੰਡਾ ਸੀ 27 ਦਾ, ਫੋਰਮੈਨ, ਗੱਡੀ ਦਾ ਫੋਰਮੈਨ। ਅੱਛਾ, ਉਹਦਾ ਕੁਆਟਰ ਨੰਬਰ 224 ਸੀ ਉਹਦਾ। ਅੱਛਾ, ਉਹਦੇ ਕੋਲ ਚਲਾ ਗਿਆ। ਉੱਥੋਂ ਫਿਰ ਉਹਦਾ ਭਰਾ ਮੇਰੇ ਨਾਲ ਮੋਹਨ ਬਖਸ਼, ਫਿਰ ਅਸੀਂ ਹਿੰਦੁਸਤਾਨ ਚਲੇ ਗਏ ਪਰੇ, ਇੰਡੀਆ 'ਚ, ਵਜ਼ੀਰ ਦਦਾਰੇ, ਗੜੀ ਪਾਲਟਾ ਹੈ। ਫਿਰ ਅਸੀਂ ਹੁਸ਼ਿਆਰਪੁਰ, ਆਪਣਾ ਰੂਣੋ, ਬੰਦੋਵਾਲ, ਇਹ ਸਾਰੇ ਸੈਰ ਕੀਤਾ। ਬਾਅਦ ਦੇ ਵਿੱਚ ਅਸੀਂ ਉੱਥੋਂ ਬੈਠੇ ਹਾਂ, ਇੱਕ ਡਰਾਈਵਰ ਸੀ ਲਾਲ ਖਾਂ, ਮੁਸਲਮਾਨ, ਹਿੰਦੂ ਡਰਾਈਵਰ ਸੀ, ਉਹ ਚੱਲਦਾ ਸੀ ਪੀ ਆਪਣੇ ਫੈਸਲਾ ਆਪਣੇ ਲਾਹੌਰ ਨੂੰ ਡੱਬਾ, ਉਹ ਰਾਹੁਲ ਨੂੰ ਚੱਲਦਾ ਸੀ। ਉਹਦੀ ਬਹਿ ਗਏ ਹਾਂ ਬਗੈਰ ਟਿਕਟ। ਜਦੋਂ ਮੈਂ ਕਰਤਾਰਪੁਰ ਆਏ, ਉੱਥੇ ਮੇਰੀ ਹਮਸ਼ੀਰਾ ਸੀ, ਉਹ ਹਮਸ਼ੀਰਾ, ਮੈਂ ਕਿਹਾ ਯਾਰ ਹੁਣ ਆਏ ਹਮਸ਼ੀਰਾ ਨੂੰ ਮਿਲ ਲਈਏ, ਉਹ ਜੁੱਟ ਹੋ ਗਈ। ਅੱਗੋਂ ਈਦ ਆ ਗਈ, ਸ਼ਬਰਾਤ ਦੇ ਮਹੀਨੇ ਗਏ ਸੀ, ਸ਼ਬਰਾਤ ਉੱਧਰ ਹੀ ਕੀਤੀ ਹੈ। ਮੁੜ ਕੇ ਫਿਰ ਅਸੀਂ ਉਹ ਜੁੱਟ ਹੋ ਗਈ, ਉਹ ਜਿਹੜਾ ਮੇਰੇ ਨਾਲ ਮੁੰਡਾ ਸੀ ਮੋਹਨ ਬਖਸ਼, ਉਹਨੂੰ ਸਵੇਰੇ ਜੀ ਨਾਲ ਨਮਾਜ਼ ਪੜ੍ਹਾਈ ਚੜ੍ਹਾ ਤਾ ਲਾਹੌਰ ਨੂੰ। ਉਹ ਲਾਹੌਰ ਆ ਗਿਆ, ਮੈਂ ਲੈ ਗਿਆ ਉੱਥੇ। ਅਸੀਂ ਫਿਰ ਜਦ ਉਜਾੜਾ ਪਿਆ ਨਾ, ਵੀ ਆਹ ਆ ਗਿਆ ਸਿੱਖ, ਆਹ ਆ ਗਿਆ ਸਿੱਖ, ਉਹ ਪਤਲਾ ਚੱਕ ਸੀ ਛੋਟਾ, ਕੋਈ 10-20 ਘਰ ਸੀ, ਪਰ ਫਿਰ ਬੜਿਆ ਨਾਲ ਨਾਲ ਪਿੰਡ ਸੀ। ਉਹ ਫਿਰ ਆਪਣਾ ਉੱਥੋਂ ਰਾਤ ਅਸੀਂ ਕਮਾਦਾਂ 'ਚ ਰਹੇ ਰਾਤ, ਸਵੇਰ ਨੂੰ ਅਸੀਂ ਤਾਰਾ ਚੜ੍ਹਿਆ ਤਾਂ ਅਸੀਂ ਚੱਲ ਪਏ ਰਿਆਸ ਕਪੂਰਥਲੇ। ਉੱਥੇ ਬਾਮੂ ਵਾਲਾ ਅਸੀਂ ਰਹੇ 15 ਦਿਨ, ਬਾਮੂ ਵਾਲਾ ਉੱਥੇ 15 ਦਿਨ ਰਹੇ। ਫਿਰ ਰਿਆਸ ਇਕੱਠੀ ਹੋ ਗਈ ਸਾਰੀ, ਰਿਆਸ 'ਤੇ ਇਹ ਕੰਪ ਲੱਗਾ ਡਮੋੜੀ ਨਡਾਲਾ, ਡਮੋੜੀ ਕੰਪ ਲੱਗਾ ਬਹੁਤ ਵੱਡਾ। ਅੱਛਾ, ਦੂਸਰਾ ਕੰਪ ਲੱਗਾ ਹੈਗਾ ਆਪਣਾ ਸੁਲਤਾਨਪੁਰ ਰਿਆਸਤ ਦਾ, ਦੋ ਕੰਪ ਲੱਗ ਗਏ। ਉਹ ਮੁਸਲਿਮ ਦੀਆਂ ਗੱਡੀਆਂ ਗਈਆਂ, ਉਹ ਮੇਰੀਆਂ ਅੱਖਾਂ ਦੁਖਦੀਆਂ ਸੀ, ਅਤੇ ਉਹ ਮੇਰੀ ਭੈਣ ਮੈਨੂੰ ਨਾਲ ਨਾਲ ਲਈ ਜਾਂਦੀ ਆ। ਮੈਂ ਕਿਹਾ ਉੱਠੋ, ਗੱਡੀਆਂ 15-18 ਆਪਣਾ ਵੀ ਕਿਤੇ ਦਾਰ ਲੱਗ ਜਾਏ, ਮੁਸਲਿਮ ਨੇ ਭੇਜੀਆਂ। ਜਿਸ ਵੇਲੇ ਅਸੀਂ ਆਏ ਤਾਂ ਇੱਕ ਕਹਿੰਦਾ, ਮਾਈ ਕਿੱਥੇ ਇਹਨਾਂ ਨੂੰ ਲਈ ਫਿਰਨੀ ਆ, ਪਾਕਿਸਤਾਨ ਜਾਂਦੇ ਨੂੰ ਨਹੀਂ ਜਾਣਾ। ਉਹ ਕਹਿੰਦੀ ਦੀਵਾ ਦੀਆਂ ਅੱਖਾਂ ਦੁਖਦੀਆਂ। ਉਹ ਦੂਆ ਕਹਿੰਦਾ, ਅੰਨਿਆਂ ਦੀ ਜਾਨ ਨਹੀਂ ਹੈ, ਅਖਰ ਤੂੰ ਬਹਾਲਦਾ, ਬਹਿ ਜਾ ਜੀ ਉੱਪਰ। ਅਸੀਂ ਉੱਪਰ ਬਹਿ ਗਏ, 2-3 ਹੁੱਕੇ ਭੁੰਨੇ ਚੱਕ ਕੇ ਫਿਰ ਦਿੱਤੇ, 2 ਮਸ਼ੀਨਾਂ ਚੱਕ ਕੇ ਫਿਰ ਦਿੱਤੀਆਂ ਹੈਂ, ਅਤੇ ਅਸੀਂ ਜਗ੍ਹਾ ਬਣਾ ਲਈ। ਅਸੀਂ ਜਨਾਬ ਸ਼ਾਮ ਨੂੰ ਦਿਨ ਸਿਰ ਦੇ ਨਾਲ ਸਟੇਸ਼ਨ ਦੇ ਉੱਤੇ ਲਾਹੌਰ ਵੱਡੇ ਸਟੇਸ਼ਨ 'ਤੇ ਆ ਗਏ, ਕੱਪੜਾ ਮੂੰਹ 'ਤੇ ਪਾਇਆ, ਸੁਣਾਈ ਸੀਗੀ, ਅੱਖਾਂ ਰੋਕਦੀਆਂ ਸੀ। ਉਹ ਮੇਰਾ ਬੜੋਈ ਕਹਿਣ ਲੱਗਾ, ਮੈਂ ਰੋਟੀ ਦੇਖ ਕੇ ਲਿਆਵਾਂ ਕਿਤੇ। ਅੱਛਾ, ਜਾਨੋ ਰੋਟੀਆਂ ਵਾਲੇ ਆ ਗਏ, ਉਹਨੇ ਕਿੰਨੇ ਜੀ ਆ, 3 ਆ, 4
चार रोटियां दित्तियां पत्नियों पत्नियां उपर रख दिता चार। मैं आ जाओ रात निकल जो सवेरे आंदा मारत उठों पर अभी फैसलाबाद आ गए। फैसलाबाद में फिर उन्होंने माता पिंड जमीन पै गई। जो तुम उतो निकले इंडिया चो हाँ कतलों घर तो हाँ, बड़ी देखी आम करे जर अभी बेई नंगे है ना कपूरथले रियासत नहू के नाल नाल ही नाल पानी होया है इन्ना जान के वो देखा है अपना छातियां बड़िया हुई सिर बड़े किसी का मोजा लाया होया मुसलमाना का वो बेई दे रुड़िया आदियाँ वो दरिया ही है किसम का आ देखा हो नहीं पहा दुला देखा नरपुर आ गए हाँ बैठे असी बीबी घर पादे पास बीबी घर बैठे सिख थोड़े पिंड आते जाते हैं सिख मैं थोड़े पिंड आते जाते अपना टोबे टोबा से उदो दिला लैदपुर से हम दिला लैदपुर दिला टोबा बन गया है पिंड अपना नागरे फटके उत्ते ही है उतो चली गए फिर अस अगों आ जाता है सिखा का पिंड चरानवा नहीं वो चरनवा पास रहा ये हैगा अठानवा नानवा नहीं याद मेरे मूह अगे फिर अच्छा अच्छा फिर फिर असी उतों थी सतारा बे साड़ी जमीन थी बी थी सन 44 सतारा गा बे पीर मालदे इलाके चंगड़ च सन 44 बच्चे अद्धा मरबा से जमीन का लिया मुल पहले सन 44 सन 39-40 दे बैठा गलदार गजन पाया बड़ी दुखी सूरत हाल है जी। अगले प्रोग्राम से सीसी फिर हाजिर होंगे। सानू इजाजत दो। अल्लाह हाफिज़।